ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਐਸਟੀਮੇਟ ਵਾਲੇ ਟੀਮ ਵੱਲੋਂ। ਅਤੇ ਅਸੀਂ ਅੱਜ ਪਹੁੰਚੇ ਹਾਂ ਰੋਇਲ ਸਿਟੀ ਪਟਿਆਲਾ ਅਤੇ ਲੀਲਾ ਭਵਨ ਦੇ ਵਿੱਚ। ਬਹੁਤ ਹੀ ਮਸ਼ਹੂਰ ਦੁਕਾਨ ਹੈ ਹਾਂਡਾ ਮੋਬਾਈਲ ਰਿਪੇਅਰ। ਮੰਨਿਆ ਜਾਂਦਾ ਹੈ ਕਿ ਮਲਟੀ ਬ੍ਰਾਂਡ ਦੇ ਨਾਲ ਡੀਲ ਕਰਦੇ ਨੇ, ਮਲਟੀ ਬ੍ਰਾਂਡ ਰਿਪੇਅਰ ਕਰਦੇ ਨੇ, ਬਟ ਆਈਫੋਨ ਦੇ ਵਿੱਚ ਗਲਾਸ ਚੇਂਜ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਨੇ ਅਤੇ ਬਹੁਤ ਘੱਟ ਟਾਈਮ ਦੇ ਵਿੱਚ ਕਸਟਮਰ ਨੂੰ ਸੈਟਿਸਫਾਈ ਕਰਕੇ ਸੈੱਟ ਡਿਲੀਵਰ ਕਰ ਦਿੰਦੇ ਨੇ। ਇਸੇ ਚੀਜ਼ ਨੂੰ ਵੈਰੀਫਾਈ ਕਰਨ ਲਈ ਅਸੀਂ ਪਹੁੰਚੇ ਹਾਂ ਅਤੇ ਗੱਲਬਾਤ ਕਰਾਂਗੇ, ਅੱਗੇ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਕਿਹੜੇ ਕਿਹੜੇ ਟੈਕਨੋਲੋਜੀ ਦੇ ਟੂਲਸ ਇਹ ਯੂਜ਼ ਕਰਦੇ ਨੇ। ਹਾਂਜੀ ਰੋਹਿਤ ਹਾਂਡਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਭਾਅ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਐਸਟੀਮੇਟ ਵਾਲੇ ਟੀਮ ਵੱਲੋਂ। ਅਤੇ ਤੁਹਾਡਾ ਬਹੁਤ ਨਾਮ ਸੁਣਿਆ ਕਿ ਲੀਲਾ ਭਵਨ ਦੇ ਵਿੱਚ ਪਟਿਆਲੇ ਇੱਕ ਹਾਂਡਾ ਮੋਬਾਈਲ ਰਿਪੇਅਰ ਦੇ ਨਾਮ 'ਤੇ ਇੱਕ ਸ਼ੋਪ ਹੈ ਜਿੱਥੇ ਮੋਬਾਈਲ ਜਿਹੜੇ ਐਪਲ ਮੋਬਾਈਲ ਆ ਉਹਨਾਂ ਦੇ ਜਿਹੜੇ ਗਲਾਸਿਸ ਵਗੈਰਾ ਦੇ ਵਿੱਚ ਤੁਸੀਂ ਐਕਸਪਰਟ ਹੋ ਅਤੇ ਐਂਡਰੋਇਡ ਵਗੈਰਾ ਦੇ ਜਿਹੜੇ ਤੁਸੀਂ ਸੋਫਟਵੇਅਰ ਕਰ ਦਿੰਦੇ ਹੋ, ਅਤੇ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਨ ਲਈ ਪਹੁੰਚੇ ਹਾਂ ਅਤੇ ਤੁਸੀਂ ਸਾਨੂੰ ਇਹ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਕਿਵੇਂ ਤੁਸੀਂ ਕਿਹੜੇ ਤੁਸੀਂ ਟੂਲਸ ਐਂਡ ਟੈਕਨੋਲੋਜੀ ਯੂਜ਼ ਕਰਦੇ ਹੋ। ਟੂਲਸ ਮੇਰੇ ਕੋਲ ਭਾਅ ਜੀ ਸਪੈਸ਼ਲ YMG ਮਸ਼ੀਨ ਹੈ ਜਿਹਦੇ ਨਾਲ ਫਰੰਟ ਗਲਾਸ ਚੇਂਜ ਕਰਦਾ। ਓਕੇ ਓਕੇ, ਅਤੇ ਮੈਂ ਤੁਹਾਨੂੰ ਵਿਜ਼ਿਟ ਕਰਾ ਦੇਣਾ ਜੀ ਪਲੀਜ਼। ਮੇਰੇ ਕੋਲ ਅਪਡੇਟਡ ਮਸ਼ੀਨ ਹੈ ਫਰੰਟ ਗਲਾਸ ਚੇਂਜ ਵਾਸਤੇ। ਓਕੇ, ਇਹਦੀ ਸਪੈਸ਼ਲ ਇਹ ਵੀ ਹੈ ਵੀ ਜੇ ਆਪਾਂ ਫਰੰਟ ਗਲਾਸ ਜਦੋਂ ਚੇਂਜ ਕਰ ਰਹੇ ਹਾਂ ਕੋਈ ਬਬਲ ਨਹੀਂ ਹੈਗਾ, ਫੁੱਲ ਕਲੀਨ ਵਰਕ ਹੋਏਗਾ ਜੀ। ਬਿਲਕੁਲ ਠੀਕ ਹੈ, ਮਤਲਬ ਅਪਡੇਟ ਟੈਕਨੋਲੋਜੀ ਤੁਹਾਡੇ ਕੋਲ ਬਿਲਕੁਲ ਅਵੇਲੇਬਲ ਹੈ। ਠੀਕ ਹੈ, ਉਸ ਤੋਂ ਬਾਅਦ ਮੇਰੇ ਕੋਲ ਬੈਕ ਗਲਾਸ ਵਾਸਤੇ ਹੈ, ਉਹ ਮੈਂ ਤੁਹਾਨੂੰ ਵੀਜ਼ਿਟ ਕਰਾ ਦੇਣਾ। ਅਤੇ ਆਹ ਤੁਹਾਡਾ ਸਾਰਾ ਸੈਟਅਪ ਹੈ ਜਿੱਥੇ ਤੁਸੀਂ ਮੋਬਾਈਲ ਰਿਪੇਅਰ ਹੋ ਗਿਆ ਅਤੇ ਐਂਡਰੋਇਡ ਦੇ ਸੌਫਟਵੇਅਰ ਕਰਦੇ ਹੋ। ਐਂਡਰੋਇਡ ਹੋ ਗਿਆ, ਸਾਰਾ ਹਾਰਡਵੇਅਰ ਹੋ ਗਿਆ ਜੀ, ਉਹਦੇ ਸਾਰਾ ਕੁਝ ਹੋ ਜਾਂਦਾ। ਠੀਕ ਹੈ, ਅਤੇ ਉੱਧਰ ਤੁਹਾਡੇ ਕੋਲ ਹੋਰ ਮਸ਼ੀਨਸ ਵੀ ਨੇ ਜੀ? ਪਲੀਜ਼। ਬਿਲਕੁਲ ਠੀਕ ਹੈ, ਜੀ ਪਲੀਜ਼। ਲੋਗਸ ਤੱਕ ਹੋ ਗਿਆ, ਕੁਝ ਵੀ ਹੋ ਗਿਆ, ਠੀਕ ਉਹ ਸਾਰੇ ਹੋ ਜਾਂਦੇ ਆ। ਫਿਰ ਉਸ ਤੋਂ ਬਾਅਦ ਬਾਥਰੂਮ ਵਗੈਰਾ, ਠੀਕ ਹੈ ਜੀ, ਇਹਦੇ ਵਿੱਚ ਆਪਾਂ ਜਦੋਂ ਆਫਟਰ ਉਸ ਤੋਂ ਬਾਅਦ ਕਲੀਨਿੰਗ ਪੂਰੀ ਪ੍ਰੋਪਰ ਹੋ ਜਾਂਦੀ ਹੈ, ਮਤਲਬ ਕੋਈ ਬਬਲ ਨਹੀਂ ਰਹਿੰਦਾ ਸੀ, ਬਿਲਕੁਲ ਨੀਟ ਐਂਡ ਕਲੀਨ ਹੋ ਜਾਏਗਾ। ਭਾਜੀ, ਅਸੀਂ ਤੁਹਾਡੇ ਟੂਲਸ ਐਂਡ ਟੈਕਨੋਲੋਜੀਸ ਤਾਂ ਦੇਖ ਲਈਆਂ ਨੇ, ਅਸੀਂ ਤੁਹਾਡੇ ਬਿਜ਼ਨਸ ਦੇ ਐਕਸਪੀਰੀਅੰਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਤੁਸੀਂ ਕਿਵੇਂ ਆ, ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ? ਬੈਠ ਕੇ ਗੱਲ ਕਰੋ। ਹਾਂਜੀ ਪਲੀਜ਼ ਆਓ ਜੀ। ਰੋਹਿਤ ਹਾਂਡਾ ਜੀ, ਮੈਂ ਤੁਹਾਨੂੰ ਇਹੀ ਪੁੱਛ ਰਿਹਾ ਸੀਗਾ ਕਿ ਤੁਹਾਡਾ ਜਿਹੜਾ ਇਹ ਕੰਮ ਹੈ ਇਹਦੇ ਵਿੱਚ ਤੁਹਾਨੂੰ ਕਿੰਨਾ ਐਕਸਪੀਰੀਅੰਸ ਹੋ ਗਿਆ? ਮੈਨੂੰ 8 ਸਾਲ ਹੋ ਗਏ ਮੋਬਾਈਲ ਗਲਾਸਿੰਗ ਦੇ ਵਿੱਚ ਅਤੇ ਆਲ ਪੂਰੇ ਵਰਕ ਦੇ ਵਿੱਚ। ਠੀਕ ਹੈ, ਅਤੇ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਹੈ, ਜਿਵੇਂ ਹੁਣ ਪੇਪਰ ਡਿਸਪਲੇਸ ਆ ਗਈਆਂ, ਆਈਫੋਨ ਐਕਸ ਦੀ ਫਰੰਟ ਡਿਸਪਲੇ ਚੇਂਜ ਹੋ ਗਈ ਐਕਸ ਦੇ ਨਾਲ, ਉਵੇਂ ਉਵੇਂ ਆਪਾਂ ਟੂਲ ਨੂੰ ਵੀ ਅਪਡੇਟ ਕਰਦੇ ਅਤੇ ਆਪਣੇ ਆਪ ਨੂੰ ਵੀ ਅਪਡੇਟ ਕਰੀ ਜਾਂਦੇ। ਬਿਲਕੁਲ ਠੀਕ ਹੈ, ਇਹ ਲੋਡ ਵੀ ਹੈ ਜੀ, ਜਿਵੇਂ ਹੁਣ ਜਿਵੇਂ ਟੈਕਨੋਲੋਜੀ ਚੇਂਜ ਹੁੰਦੀ ਜਾ ਰਹੀ ਹੈ, ਤੁਹਾਨੂੰ ਲੋਡ ਵੀ ਹੈ ਕਿ ਤੁਸੀਂ ਆਪਣੇ ਟੂਲਸ ਵੀ ਅਪਡੇਟ ਕਰੋ। ਜਿਵੇਂ ਜਿਵੇਂ TFT ਤੋਂ LED, LED ਤੋਂ TFT ਪੇਪਰ ਡਿਸਪਲੇ ਆਈ, ਤਾਂ ਉਵੇਂ ਆਪਾਂ ਚੇਂਜ ਹੋ ਜਾਂਦੇ। ਅਤੇ ਸਰ, ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਆਹ ਜੋ ਵੀ ਜਿਵੇਂ ਤੁਸੀਂ ਗਲਾਸ ਚੇਂਜ ਕਰਦੇ ਹੋ, ਉਹਦਾ ਜਿਹੜਾ ਪ੍ਰਾਈਜ਼ਿੰਗ ਵਗੈਰਾ ਉਹ ਕਿਵੇਂ ਉਹ ਆਪਾਂ ਜਾਣ ਸਕਦੇ ਹਾਂ? ਐਸਟੀਮੇਟ ਜਿਹੜੀ ਤੁਹਾਡੀ ਐਪ ਬਣੀ ਹੈ ਜੀ, ਮੈਨੂੰ ਬਹੁਤ ਅੱਛੀ ਲੱਗੀ ਜੀ, ਕਿਉਂਕਿ ਇੱਕ ਤਾਂ ਹੁੰਦਾ ਵੀ ਕਸਟਮਰ ਨੂੰ ਬਾਰ ਬਾਰ ਹਰਾਸ਼ ਹੋਣਾ ਪੈਂਦਾ, ਕਿਤੇ ਜਾਣਾ ਪੈਂਦਾ, ਟਰਾਈ ਕਰਨਾ ਪੈਂਦਾ ਉਸ ਜਗ੍ਹਾ 'ਤੇ ਹੋਏਗਾ, ਇੱਕ ਤਾਂ ਉਹ ਆਪਣੇ ਘਰ ਬੈਠ ਕੇ ਹੀ ਇਸ ਨੂੰ ਬਿਲਕੁਲ ਪ੍ਰਾਈਜ਼ ਕਨਫਰਮ ਕਰਕੇ ਡਾਇਰੈਕਟ ਆ ਜੂਗਾ, ਉਹਦਾ ਵੀ ਟਾਈਮ ਸੇਵ ਹੋਏਗਾ। ਓਕੇ, ਅਤੇ ਮੈਂ ਬਹੁਤ ਅੱਛਾ ਲੱਗਿਆ। ਓਕੇ, ਜੋ ਮਤਲਬ ਇਹ ਹੈ ਕਿ ਕਸਟਮਰ ਨੂੰ ਬਾਹਲਾ ਇੱਧਰ ਉੱਧਰ ਜਾਣ ਦੀ ਲੋੜ ਨਹੀਂ, ਜੋ ਉਹਦਾ ਜੋ ਉਹਦੀ ਪ੍ਰੋਬਲਮ ਆ ਉਹਦੇ ਵਿੱਚ ਸ਼ੇਅਰ ਕਰਕੇ ਉਹਦਾ ਐਸਟੀਮੇਟ ਪ੍ਰਾਈਜ਼ ਆ ਜਾਂਦਾ। ਇੱਕ ਹੋਰ ਸਵਾਲ ਆ ਛੋਟਾ ਜਿਹਾ ਤੁਹਾਡੇ ਅੱਗੇ, ਜਿਹੜਾ ਉਹ ਐਸਟੀਮੇਟ ਪ੍ਰਾਈਜ਼ ਉਹ ਐਗਜ਼ੈਕਟ ਪ੍ਰਾਈਜ਼ ਉਹੀ ਹੋਊਗਾ ਜਾਂ ਉੱਥੇ ਥੱਲੇ ਵੀ ਹੋ ਸਕਦਾ? ਥੋੜ੍ਹਾ ਬਹੁਤ ਅਪ ਡਾਊਨ ਹੋਏਗਾ ਉਹਦੇ ਵਿੱਚ। ਅੱਛਾ ਜੀ, ਉਹਦਾ ਰੀਜ਼ਨ ਕੀ ਹੋ ਸਕਦਾ? ਰੀਜ਼ਨ ਐਵੇਂ ਆ ਵੀ ਕਸਟਮਰ ਦੀ ਪ੍ਰੋਬਲਮ, ਕਈ ਵਾਰ ਕਸਟਮਰ ਕਹਿੰਦਾ ਵੀ ਮੇਰੀ ਸਕਰੀਨ ਵਰਕ ਨਹੀਂ ਕਰ ਰਹੀ ਜੀ, ਤਾਂ ਅਸੀਂ ਉਹਨਾਂ ਨੂੰ 2000 ਕਹਿ ਦਿੰਦੇ, ਪਰ ਆਪਾਂ ਦੇਖਦੇ ਹਾਂ ਤਾਂ ਉਹਦਾ ਗਲਾਸ ਚੇਂਜ ਹੋਣ ਵਾਲਾ ਹੁੰਦਾ ਜੀ, ਤਾਂ ਉਹ 800-1000 ਰੁਪਏ ਦੇ ਵਿੱਚ ਹੋਣਾ, ਮਤਲਬ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ, ਉਹ ਐਸਟੀਮੇਟ ਪ੍ਰਾਈਜ਼ ਹੋਊਗਾ ਜੀ। ਠੀਕ ਹੈ, ਤੁਹਾਡੇ ਨਾਲ ਗੱਲਬਾਤ ਕਰਕੇ ਰੋਹਿਤ ਜੀ ਬਹੁਤ ਵਧੀਆ ਲੱਗਿਆ, ਅਤੇ ਅਸੀਂ ਤੁਹਾਡੇ ਟੂਲਸ ਐਂਡ ਟੈਕਨੋਲੋਜੀਸ ਵੀ ਦੇਖ ਲਈਆਂ ਨੇ, ਅਤੇ ਪਲੱਸ ਤੁਹਾਡਾ ਐਕਸਪੀਰੀਅੰਸ ਵੀ ਬਹੁਤ ਹੈ ਇੱਥੇ, ਤੁਹਾਡਾ ਮਤਲਬ ਨਾਮ ਵੀ ਚੱਲਦਾ ਹੈ ਨਾ, ਅਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਕਿ ਤੁਸੀਂ ਸਾਡੀ ਐਸਟੀਮੇਟ ਵਾਲੇ ਟੀਮ ਵੱਲੋਂ ਵੈਰੀਫਾਈਡ ਹੋ। ਥੈਂਕ ਯੂ। ਠੀਕ ਹੈ ਜੀ।
ਅੱਜ ਅਸੀਂ ਸੀਗੇ ਜੀ ਮਿਸਟਰ ਰੋਹਿਤ ਹਾਂਡਾ ਜੀ ਨਾਲ ਅਤੇ ਹਾਂਡਾ ਮੋਬਾਈਲ ਰਿਪੇਅਰ ਪਟਿਆਲਾ। ਅਤੇ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਜੇ ਤੁਹਾਡੇ ਕੋਲ ਵੀ ਅਪਡੇਟਡ ਟੈਕਨੋਲੋਜੀ ਐਂਡ ਟੂਲਸ ਨੇ, ਤੁਹਾਡੀ ਮੋਬਾਈਲ ਸ਼ੋਪ ਨੂੰ ਸਾਡੇ ਨਾਲ ਵੈਰੀਫਾਈਡ ਕਰਨਾ ਚਾਹੁੰਦੇ ਹੋ, ਸਾਡੀ ਵੈਬਸਾਈਟ estimatewale.com ਤੇ ਰਜਿਸਟਰ ਕਰ ਸਕਦੇ ਹੋ ਅਤੇ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ। ਅਤੇ ਜੇ ਕਿਸੇ ਮੋਬਾਈਲ ਯੂਜ਼ਰ ਦੇ ਕੋਲ ਕੋਈ ਪ੍ਰੋਬਲਮ ਹੈ, ਤੁਹਾਡੇ ਮੋਬਾਈਲ 'ਚ ਕੋਈ ਪ੍ਰੋਬਲਮ ਹੈ, ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਮੋਬਾਈਲ ਦੀ ਜਿਹੜੀ ਪ੍ਰੋਬਲਮ ਹੈ ਉਹਦਾ ਐਸਟੀਮੇਟ ਕੀ ਹੈ, ਤਾਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰੋ, estimatewale ਐਪ ਸਟੋਰ ਦੇ ਉੱਤੇ ਅਵੇਲੇਬਲ ਹੈ ਅਤੇ ਕੋਈ ਵੀ ਪ੍ਰੋਬਲਮ ਦਾ ਸਲਿਊਸ਼ਨ ਤੁਹਾਨੂੰ ਬਹੁਤ ਜਲਦੀ ਮਿਲ ਜੂਗਾ। ਥੈਂਕ ਯੂ ਸੋ ਮੱਚ।